ਫਤੇਗੜ ਸੈਭੀ ਧਰਤੀ ਤੇ ਵਜ਼ੀਰ ਖਾਨ ਨਵਾਬ ਦੀ ਕਚਹਿਰੀ ਵਿੱਚ ਛੋਟੇ ਸਹਬਜ਼ਾਦਿਆਂ ਲਈ ਹਾ ਦਾ ਨਾਰਾ ਮਾਰਨ ਵਾਲੇ ਅਮਲੇਰ ਕੋਟਲਾ ਦੇ ਦਿਮਾਗ ਸ਼ੇਰ ਮੁਹੰਮਦ ਖਾਨ ਦੀ ਆਖਰੀ ਵੰਛਤ ਇੱਕ ਬੇਗਮ ਜਿਸ ਦੀ ਉਮਰ 100 ਸਾਲ ਦੇ ਕਰੀਬ ਹੋ ਚੱਲੀ ਹੈ ਉਸ ਨੂੰ ਐਜੀਪੀਸੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਦੱਸ ਜੀ ਕਿ ਇਹ ਬੇਗਮ ਇੱਕ ਵਿਰਾਸਤੀ ਹਵੇਲੀ ਵਿੱਚ ਰਹਿੰਦੀ ਹੈ ਜੋ ਕਿ ਇਸ ਸਮੇਂ ਟਹਿ ਢੇਰੀ ਹੋ ਰਹੀ ਹੈ ਅਤੇ ਉਸ ਦਾ ਇੱਕ ਕਮਰਾ ਹੀ ਬਚਿਆ ਐਜੀਪੀਸੀ ਵੱਲੋਂ ਇਸ ਹਵੇਲੀ ਨੂੰ ਵੀ ਸਾਂਭਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਫਤਿਹਗੜ੍ਹ ਦੀ ਧਰਤੀ ਤੇ ਉਸ ਵੇਲੇ ਦੀ ਮੁਗਲ ਸਲਤਨਤ ਨੇ ਉਹਨਾਂ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਜਿਨ੍ਹਾਂ ਦੀ ਕਚੈਰੀ ਦੇ ਵਿੱਚ ਸੁਣਵਾਈ ਵੇਲੇ ਮਰੇ ਕੋਟੜਲੇ ਦੇ ਨਵਾਬ ਨੇ ਬੜਾ ਵੱਡਾ ਇੱਕ ਹਾ ਦਾ ਨਾਰਾ ਮਾਰਿਆ ਸੀ ਤੇ ਸਿੱਖ ਪੰਥ ਹਮੇਸ਼ਾ ਹੀ ਉਸ ਪਰਿਵਾਰ ਨੂੰ ਸਤਕਾਰ ਭੇਟ ਕਰਦਾ ਔਰ ਸਿੱਖ ਕੌਮ ਦੀ ਇਹ ਪਰੰਪਰਾ ਵੀ ਰਹੀ ਆ ਕਿਈ ਇਹ ਕੀਤੇ ਕਿਸੇ ਦੀ ਸਮੇਸਰ ਲੋੜ ਬੇਲੇ ਮਾਰਿਆ ਹਾ ਦਾ ਨਾਰਾ ਉਹਨੂੰ ਪੁਲਾਉਂਦੇ ਬਣੇ ਉਸ ਪਰਿਵਾਰ ਦੇ ਵਿੱਚੋਂ ਉਸ ਪਰਿਵਾਰ ਦੀ ਸਭ ਤੋਂ ਅਖੀਰਲੀ ਵੰਸ ਉਹਨਾਂ ਦੀ ਬੇਗਮ ਇੱਕ ਰਹਿ ਗਈ ਆ ਜਿਹਦੀ ਲਗਭਗ ਉਮਰ ਐਸਲੇ 100 ਸਾਲ ਆ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਨੂੰ ਕਿਸੇ ਨੇ WhatsApp ਦੇ ਉੱਤੇ ਇਹ ਵੀਡੀਓ ਸਾਰੀ ਉਹਦੀ ਪਾਈ ਸੀ ਤੇ ਹੁਣ ਅਸੀਂ ਪਿਛਲੀ ਐਗਜ਼ੈਕਟਿਵ ਦੇ ਵਿੱਚ ਇਹ ਫੈਸਲਾ ਕੀਤਾ ਕਿ ਉਸ ਬੀਬੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਨਮਾਨ ਭੇਟ ਕਰਕੇ ਆਵੇ ਨਾਲ ਇਹ ਵੀ ਫੈਸਲਾ ਹੋਇਆ ਪਈ ਉਹਦੇ ਕੋਲ ਬੀਬੀ ਜੀ ਕੋਲ ਕੁਝ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਪਈਆਂ ਜਿਨ੍ਹਾਂ ਦੇ ਵਿੱਚ ਜਿੰਨਾ ਤੱਕ ਮੈਨੂੰ ਜਾਣਕਾਰੀ ਆ ਕਿ ਇੱਕ ਸ੍ਰੀ ਸਾਹਿਬ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਪਈ ਹੈ ਉਹਨਾਂ ਅਸੀਂ ਮੈਂ ਸਬ ਕਮੇਟੀ ਬਣਾਤੀ ਆ ਉਹ ਜਾ ਕੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਉਹਨਾਂ ਨੂੰ ਸਤਿਕਾਰ ਵੀ ਭੇਟ ਕਰਕੇ ਆਉਣਗੇ ਨਾਲ ਉਹਨਾਂ ਨੂੰ ਬੇਨਤੀ ਵੀ ਕਰਨਗੇ ਕਿਉਂਕਿ ਜੇ ਇਸ ਕਿਲੇ ਦੇ ਵਿੱਚ ਉਹ ਰਹਿ ਰਹੇ ਉਹ ਕਿਲਾ ਬਰਾਸਤੀ ਇਮਾਰਤਾਂ ਦੇ ਜਿਹੜੇ ਡਾਇਰੈਕਟਰ ਆ ਉਹਦੀ ਸੇਵਾ ਸੰਭਾਲ ਕਰਦੇ ਆ ਪਰ ਮੈਨੂੰ ਜਿੰਨੀਕ ਜਾਣਕਾਰੀ ਮਿਲੀ ਆ ਵੀ ਉਹਨਾਂ ਦਾ ਕੋਲ ਇੱਕੋ ਹੀ ਕਮਰਾ ਜਿਹੜਾ ਸਾਫ਼ਤ ਰਹਿ ਗਿਆ ਬਾਕੀ ਬਿਲਡਿੰਗ ਸਾਰੀ ਢਹਿ ਢੇਰੀ ਹੋ ਚੁੱਕੀ ਆ ਤੇ ਅਸੀਂ ਆਉਂਦੇ ਦੋ ਚੌ ਦਿਨਾਂ ਦੇ ਵਿੱਚ ਉਹ ਇੱਥੋਂ ਸਾਡੇ ਅਧਿਕਾਰੀ ਜਾਣਗੇ ਉਹ ਬੀਬੀ ਜੀ ਦੇ ਨਾਲ ਗੱਲਬਾਤ ਵੀ ਕਰਕੇ ਆਉਣਗੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਉਹਨਾਂ ਨੂੰ ਸਤਕਾਰਤਾ ਪੇਟ ਕਰਨਾ ਹੀ ਆ ਜੇ ਕੋਈ ਉਹਨਾਂ ਦੀ ਲੋੜ ਵੀ ਹੋਈ ਉਹ ਵੀ ਅਸੀਂ ਜਰਾਰ ਜੂਰ ਜਾ ਕੇ ਉਹਦੇ ਵਿੱਚ ਸ਼ਾਮਲ ਹੋਵਾਂਗੇ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਬਖਸ਼ਿਸ਼ ਆ ਸਿੱਖਾਂ ਦੀ ਸਰਮੌਰ ਜਥੇਬੰਦੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਜਦੋਂ ਵੀ ਕੋਈ ਇਹਦੇ ਨਜ਼ਰ ਦੇ ਵਿੱਚ ਕੋਈ ਇਹੋ ਜਿਹੀ ਕੁਰਬਾਨੀ ਜਾਂ ਇਹੋ ਜਿਹਾ ਕੀਤੇ ਪਰਵਕਾਰਾਂ ਦੀ ਕੋਈ ਆਉਂਦੀ ਆ ਤੇ ਉਹਦੇ ਵਿੱਚ ਜਰੂਰ ਆਪਣਾ ਜਿਹੜਾ ਉਹ ਯੋਗਦਾਨ ਪਾਉਂਦੀ ਆ। ਸੋ ਇਹ ਕਦੋਂ ਦਿਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਬੀਬੀ ਜੀ ਨੂੰ ਸਰਕਾਰ ਕੋਲ ਕਰਕੇ। ਸੌਮਿਕ ਕਮੇਟੀ ਵੱਲੋਂ ਵੀ ਬੇਨਤੀ ਕੀਤੀ ਜਾਉਣੀ। ਦੇਖੋ ਮੈਂ ਕਿਉਂਕਿ ਜਿਹੜੀ ਮੇਰੇ ਕੋਲ ਵੀਡੀਓ ਆਈ ਸੀ ਉਹਦੇ ਵਿੱਚ ਤਾਂ ਮੈਨੂੰ ਉਹਨੇ ਇੱਕ ਸੀਰੀ ਸਾਹਿਬ ਹੀ ਦੱਸਿਆ ਵੀ ਗੁਰੂ ਪਾਤਸ਼ਾਹ ਜੀ ਦੇ ਨਾਲ ਸਤਗੁਰ ਜੀ ਦੀ ਸੀਰੀ ਸਾਹਿਬ ਉਹਨਾਂ ਕੋਲ ਪਈ ਪਰ ਹੁਣ ਜਾ ਕੇ ਗੱਲਬਾਤ ਕਰਾਂਗੇ। ਫਿਰ ਉਹ ਗੱਲਬਾਤ ਰਾਹੀਂ ਪਤਾ ਲੱਗੂਗਾ ਤੇ ਫਿਰ ਅਸੀਂ ਯਤਨ ਵੀ ਕਰਾਂਗੇ ਬੀਬੀ ਜੀ ਨੂੰ ਬੇਨਤੀ ਕਰਾਂਗੇ ਵੀ ਸਿਆਣੀ ਉਮਰ ਹੋ ਗਈ ਆ। ਜਨਾਚੋਰ ਸਰੀਰ ਕਰਕੇ ਹੈਗੇ ਠੀਕ ਆ ਕਿਉਂਕਿ ਮੈਨੂੰ ਇਹ ਵੀ ਪਤਾ ਲੱਗਾ ਵੀ ਉਹ ਬੀਬੀ ਜੀ ਇਹ ਸ੍ਰੀ ਸਾਹਿਬ ਜਿਹੜੀ ਸਤਗੁਰਾਂ ਨੇ ਉਹਨਾਂ ਨੂੰ ਪੇਟ ਕੀਤੀ ਆ ਜਿਹੜੀ ਉਹਨਾਂ ਦੇ ਕੋਲ ਪਈ ਆ ਉਹਦੇ ਵੀ ਉਹਨਾਂ ਨੂੰ ਇੱਕ ਬੜੀ ਮਾਨਸਿਕ ਤੌਰ ਤੇ تسਲੀ ਆ ਵੀ ਮੈਂ ਗੁਰੂ ਸਾਹਿਬ ਦੀ ਨਿਸ਼ਾਨੀ ਸਾਹਮਣੇ ਬੈਠੀ ਆ ਸੋ ਅਸੀਂ ਯਤਨ ਕਰਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਜਿਹੜੇ ਆ ਉਹ ਦੇ ਦੇਣ ਪਰ ਜੀ ਸਿੱਖ ਫੋਡੀਓ ਮੈਲਬਰਨ ਨੂੰ ਅੰਤਰਰਾਸ਼ਟਰੀ ਦੇਸ਼ ਦਿੱਤਾ ਗਿਆ ਸੀ ਉਹਦਾ ਸਮੁੱਚੇ ਸਿੱਖ ਪੰਥ ਵੱਲੋਂ ਰੋਜ਼ ਕੀਤਾ ਜਾ ਰਿਹਾ ਪਰ ਸਰਕਾਰ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋ ਰਹੀ ਇਹੋ ਇੱਕ ਵੱਦ ਕੇਸ ਹੁੰਦੀ ਬਣ ਗਈ ਆ ਕਿ ਕੋਈ ਵੀ ਸਿੱਖਾਂ ਨਾਲ ਜਿਹੜਾ ਰਿਲੇਟਡ ਮਸਲਾ ਚਾਹੇ ਬੰਦੀ ਸਿੰਘਾਂ ਦਾ ਹੋਵੇ ਚਾਹੇ ਰਹਿਤ ਮਰਿਆਦਾ ਦਾ ਹੋਵੇ ਚਾਹੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਹੋਵੇ ਤੇ ਜੇ ਮੈਂ ਪੁੱਛਦਾ ਕਿ ਜੇ ਇੱਥੇ ਹਿੰਦੂ ਧਰਮਿਆਂ ਉਹਨਾਂ ਦਾ ਆਪਣਾ ਇੱਕ ਸਿਸਟਮ ਆ ਜੇ ਉਹ ਸਿਸਟਮ ਨੂੰ ਅਸੀਂ ਤੈਅ ਨੈਅਸ਼ ਕਰਨ ਤੇ ਆ ਜੀਏ ਕੋਈ ਬਰਦਾਸ਼ਤ ਨਹੀਂ ਕਰੂਗਾ ਤੇ ਜਿਹੜੇ ਸਾਡੇ ਹੈਲਮਟ ਦਾ ਮਸਲਾ ਸਾਡੇ ਹੈਲਮਟ ਸਿੱਖਾਂ ਦੇ ਵਿੱਚ ਕੋਈ ਕਸਟਮ ਨਹੀਂ ਗੀ ਇਹ ਸਾਡੀ ਰਹਿਤ ਮਰਿਆਦਾ ਦਾ ਇੱਕ ਹਿੱਸਾ ਆ ਦਸਤਾਰ ਜਿਹੜੀ ਆ ਸਿੱਖ ਦੀ ਨਿਸ਼ਾਨੀ ਵੀ ਆ ਤੇ ਸਿੱਖ ਦਾ ਕਕਾਰ ਵੀ ਆ ਓ ਪਵਿੱਤਰ ਗਰਵਾਣੀ ਵਿੱਚ ਸਾਪਤ ਸੂਰ ਦਸਤਾਰ ਸਿਹਰਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਵੀ ਦਸਤਾਰ ਦੀ ਉਹ ਗਰਵਾਣੀ ਦੇ ਵਿੱਚ ਅੰਕਿਤ ਕੀਤਾ ਸੋ ਇਹਦੇ ਵਿੱਚ ਇਹ ਮੈਂ ਸਮਝਦਾ ਸਿੱਧੀ ਦਖਲਅੰਦਾਜ਼ੀ ਹੋਊਗੀ ਜੇ ਸਰਕਾਰ ਨਹੀਂ ਪਿਛੇ ਮੁੜਦੀ ਤੇ ਮੈਂ ਪ੍ਰਾਤਨ ਵੇਲੇ ਜਿਹੜੇ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਹੋਈ ਉਸ ਵੇਲੇ ਸਰਕਾਰਾਂ ਨੇ ਲਿਖਿਆ ਵੀ ਤੁਸੀਂ ਦਸਤਾਰ ਨਹੀਂ ਹੈਲਮਟ ਪਾਓ ਜੇ ਤੁਹਾਡੀ ਕੈਜੂਐਲਟੀ ਹੋ ਗਈ ਤੇ ਫਿਰ ਕੌਣ ਜ਼ਿੰਮੇਵਾਰ ਹੋਣੇ ਕਿਹਾ ਜੀ ਅਸੀਂ ਦਸਤਾਰ ਨਹੀਂ ਲਾਉਣੀ ਸਾਡੀ ਕੈਜੂਐਲਟੀ ਹੋ ਜਾ ਸਾਨੂੰ ਕੋਈ ਮੁਆਵਜ਼ਾ ਨਾ ਦੇਓ ਇਦੋਂ ਵੱਡੀਆਂ ਕਿਹੜੀਆਂ ਮਸਾਲਾਂ ਹੋ ਸਕਦੀਆਂ ਜੇ ਬ੍ਰਿਟਿਸ਼ ਮੈਂ ਸਰਕਾਰ ਦੇ ਵੇਲੇ ਦੀ ਗੱਲ ਕਰ ਲਵਾਂ ਉਹਨੇ ਦਾ ਰਾਦਰ ਸਿੱਖਾਂ ਨੂੰ ਸਿੱਖ ਰਸਾਲੇ ਬਣਾ ਕੇ ਪੰਜ ਕਕਾਰਾਂ ਦੇ ਧਾਰ ਨਹੀਂ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਂਦੇ ਸੀ ਤੇ ਹੁਣ ਆਪਾਂ ਇਹਨੂੰ ਤੋੜਨ ਤੇ ਆ ਗਏ ਆ ਸਰਕਾਰ ਜਿਹੜੀ ਆ ਇਹ ਝਲੇ ਇਦਾਂ ਦੀਆਂ ਗੱਲਾਂ ਦੇ ਵਿੱਚ ਦਖਲਅੰਦਾਜ਼ੀ ਕਰਦੀ ਆ ਫਿਰ ਸੁਣਨ ਵੀ ਆਈ ਵੀ ਨਹੀਂ ਕਰਦੇ ਤੇ ਮੈਂ ਸਮਝਦਾ ਫੇ ਬਹੁਤੋ ਬਦੀ ਮਨ ਦੇ ਵਿੱਚ ਰੋਸ ਆਉਂਦਾ ਆ ਤੇ ਫਿਰ ਰੋਸ ਦਾ ਵੀ ਕੋਈ ਸਮਾਂ ਹੁੰਦਾ ਉਹ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਸਮੱਤ ਬਾਕੀ ਸੁਰੱਖਿਆ ਦਾ ਹਵਾਲਾ ਦੇ ਰਹੀ ਹੈ ਜੀ ਸੁਰੱਖਿਆ ਜਿਹੜੀ ਆ ਆ ਹੁਣ ਮੇਰੇ ਸਿਰ ਤੇ ਦਸਤਾਰ ਆ ਸੁਰੱਖਿਆ ਹੀ ਆ ਮੇਰੀ 5 ਮੀਟਰ 6 ਮੀਟਰ ਦੀ ਥੱਲੇ ਮੇਰੇ ਕੇਸ ਕੀ ਵੱਜੀ ਹੋਆ ਹੈਲਮਟ ਨਹੀਂ ਕੋਈ ਵੀ ਥੱਲੇ ਸਿਰ ਨੂੰ ਹੈਲਮਟ ਬਚਾ ਲੂਗਾ ਬਾਕੀ ਸਰੀਰ ਆ ਪਰ ਗੱਲ ਸਾਡੀ ਆਈਡੈਂਟੀਫਿਕੇਸ਼ਨ ਦੀ ਆ ਦਸਤਾਰ ਕਿਸੇ ਵੀ ਹੱਦ ਦੇ ਵਿੱਚ ਅੱਜ ਤਾਂ ਵਿਦੇਸ਼ਾਂ ਦੇ ਵਿੱਚ ਵੀ ਪੁਲਿਸ ਦੇ ਵਿੱਚ ਉਹਨਾਂ ਨੂੰ ਛੋੜ ਮਿਲ ਗਈ ਹੈ ਤੇ ਆਜਾਤ ਭਾਰ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਜਿੱਥੇ ਸਾਡਾ ਬਧੇੜਾ ਜੋਗਦਾਨ ਹੈ ਤੇ ਅੱਜ ਆ ਪਿੱਛੇ ਚਾਈਨੀ ਬਾਰਡਰ ਦੇ ਉੱਤੇ ਜੋ ਕੁਝ ਹੋਇਆ ਦੇਖਿਆ ਸਾਰਿਆਂ ਨੇ ਕਿਦਾਂ ਸਿੱਖ ਅਲੀ ਅਲੀ ਕਰਕੇ ਪੈ ਗਏ ਤੇ ਡੰਡਿਆਂ ਨਾਲੇ ਭਜਾ ਦਿੱਤੇ ਇੱਕ ਸਿੱਖ ਦੀ ਆਈਡੈਂਟੀਫਿਕੇਸ਼ਨ ਹੈ ਜੇ ਬੰਗਲਾਦੇਸ਼ ਦੀ ਲੜਾਈ ਹੁੰਦੀ ਸੀ ਜਿਹਲੇ ਬੋਲੇ ਸੋ ਨਿਹਾਲ ਆਉਂਦੇ ਸੀ ਉਹ ਕਹਿੰਦੇ ਜੀ ਇਹ ਤਾਂ ਨਕਲੀ ਆ ਤੇ ਜਿਹਲੇ ਸਿੱਖਾਂ ਨੇ ਲਾਏ ਤੇ ਫਿਰ ਦੌੜੇ ਭਜਣਾ ਪੈ ਗਈਆਂ ਇਹ ਸਿੱਖਾਂ ਨੂੰ ਗੁਰੂ ਸਾਹਿਬ ਜੀ ਨੇ ਇੱਕ ਵੱਖਰੀ ਜਿਹੜੀ ਅੱਡੜੀ ਤੇ ਨਿਆਰੀ ਜਿਹੜੀ ਸ਼ਾਨ ਬਖਸ਼ਿਸ਼ ਕੀਤੀ ਆ ਇਹ ਤੇ ਕੋਈ ਸਮਝਾਉਂਦਾ। ਉਹ ਜੀ ਕਿਰਲਾ ਸਵਾਲ ਆਮ ਆਦਮੀ ਕਲੀਨਿਕ ਦੇ ਸਬੰਤ ਜੋ ਪੰਜ ਪਿਆਰਾਂ ਦੇ ਨਾਮ ਹਟਾਏ ਗਏ ਸੀ ਜਾਂ ਉਸ ਮਤ ਵਿੱਚ ਇੱਕ ਵੈਲੀਗੇਟ ਨੇ ਮਿਲਣਾ ਸੀ ਪੰਜਾਬ ਸਰਕਾਰ ਕੋ ਸਮਾਂ ਮੰਗਿਆ ਗਿਆ ਕੋਈ ਹੁਣ ਤੱਕ ਕੋਈ ਫਿਕਸ ਹੋਇਆ ਕੋਈ ਮੈਂ ਸਮਝਦਾ ਜਿਹੜੇ ਪੰਜਾਬ ਦੇ ਵਿੱਚ ਇੱਥੇ ਲੋਕ ਰਾਜ ਖੜਦੇ ਆ ਉਹਨਾਂ ਨੂੰ ਇੱਥੇ ਪੰਜਾਬ ਦੇ ਸਾਰੇ ਇਤਿਹਾਸ ਦਾ ਬਿਲਕੁਲ ਪਤਾ ਤੇ ਜਾਣਕਾਰੀ ਵੀ ਆ ਤੇ ਮੈਂ ਪੁੱਛਦਾ ਭੀ ਜੇ 400 ਜਾਂ 500 ਕਲੀਨਿਕ ਕਿੰਨੇ ਖੋਲੀ ਆ ਤੇ ਜੇ ਪੰਜ ਕਲੀਨਿਕ ਪੰਜਾਂ ਪਿਆਰਿਆਂ ਦੇ ਨਾਂ ਤੇ ਵੀ ਰਹਿਣ ਦਿੰਦੇ ਉਹਦਾ ਕੌਮ ਦਾ ਸਰਮਾਇਆ ਆ ਸਾਰਿਆਂ ਨੂੰ ਪਤਾ ਇਹਨਾਂ ਨੂੰ ਵੀ ਪਤਾ ਇਸ ਗੱਲ ਦਾ ਡੈਲੀਗੇਟ ਤਾਂ ਅਸੀਂ ਚਲੋ ਆਪਣੇ ਤੌਰ ਤੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਪਰ ਡੈਲੀਗੇਟ ਤੋਂ ਇਲਾਵਾ ਤਾਂ ਇਹ ਭਗਵਾਨ ਦਮਨ ਹੋਣਾ ਨੂੰ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਸਤਗੁਰ ਜੀ ਨੇ 1699 ਦੇ ਵਿੱਚ ਕਿਹੜੇ ਪ੍ਰਗਟ ਕੀਤੇ ਪੰਜ ਪਿਆਰੇ ਤੇ ਉਹਨਾਂ ਦੇ ਨਾਂ ਕੀ ਆ ਇਹ ਤਾਂ ਇਹਨੂੰ ਆਪਣੇ ਆਪ ਦੇ ਵਿੱਚ ਹੀ ਸੁਣ ਕੇ ਤੁਰੰਤ ਫੈਸਲਾ ਜਿਹੜਾ ਆ ਵਾਪਸ ਲੈ ਲੈਣਾ ਚਾਹੀਦਾ ਸ ਪਰ ਜੇ ਲੋੜ ਹੋ ਗਈ ਅਸੀਂ ਮਿਲਾਂਗੇ ਵੀ ਪਰ ਮੇਨ ਤੋਂ ਇਲਾਵਾ ਇਹਨਾਂ ਨੂੰ ਆਪ ਵੀ ਪਤਾ ਕਿਉਂਕਿ ਪੰਜਾਬ ਦੇ ਵਿੱਚ ਰਾਜ ਕਰਦੇ ਆ ਤੇ ਜਿਹੜੀਆਂ ਸਰਕਾਰਾਂ ਮੈਂ ਸਮਝਦਾ ਪੰਜਾਬ ਦੇ ਇਤਿਹਾਸ ਨੂੰ ਵੀ ਭੁੱਲਣਗੀਆਂ ਤੇ ਫਿਰ ਆਪ ਵੀ ਭੁੱਲ ਜਾਣਗੇ ਚਾਹੇ ਕਿਤੇ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਸਿੱਖ ਭਾਵਨਾ ਉਹਦੀ ਅਣਦੇਖੀ ਕੀਤੀ ਜਾ ਰਹੀ ਚਾਹੇ ਬੰਦੀ ਸਿੰਘਾਂ ਮਸਲਾ ਚਾਹੇ ਸਿੱਖ ਫੌਜੀ ਨੂੰ ਹੈਲਮਟ ਪਣਾਉਂਦਾ ਜਾਂ ਫਿਰ ਪੰਜ ਪਿਆਰਾਂ ਜਾਂ ਹੋਰ ਧਾਰਮਿਕ ਸੰਸਕੀਤਾਂ ਦੇ ਨਾਮ ਹਟਾਉਣ ਦਾ ਦੇਖੋ ਬਹੁਤ ਦਿਨ ਹੋ ਗਏ ਮੈਂ ਹਰ ਇੱਕ ਨੂੰ ਸੁਣਦਾ ਵੀ ਆ ਤੇ ਬੋਲਦਾ ਵੀ ਆ ਜੇ ਸਿੱਖ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਜੇ ਸਖਤ ਸ਼ਬਦਾਂ ਚ ਕਰਦਾ ਤੇ ਉਹਨੂੰ ਨਾ ਹੋਰ ਦਿੱਤਾ ਜਾਂਦਾ ਤੇ ਮੈਂ ਪੁੱਛਦਾ ਪਈ ਇਸ ਦੇਸ਼ ਦਾ ਕਿਹੜਾ ਕਾਨੂੰਨ ਆ ਜਿਹੜਾ ਸਾਡੇ ਲਈ ਵਖਰਾ ਆ ਜੇ ਅੱਜ ਵੀ ਸਰਦਾਂ ਤੇ ਜਾਨਾਂ ਦੇਣ ਦੀ ਗੱਲ ਆ ਤੇ ਸਿੱਖ ਮੋਰੇ ਆ ਜੇ ਪਿਸ਼ੋਕੜ ਦੇ ਵਿੱਚ ਚਲ ਜਾਵਾਂ ਤੇ ਆਜ਼ਾਦੀ ਦੀ ਲੜਾਈ ਕਰ ਲਵਾਂ ਚਾਹੇ ਉਹ ਤੋਂ ਪਹਿਲੇ ਸਮੇਂ ਦੀ ਵੀ ਗੱਲ ਕਰ ਲਵਾਂ ਤਾਂ ਵੀ ਸਿੱਖ ਮੋਰੇ ਆ ਤੇ ਇਸੇ ਗੱਲ ਦਾ ਸਾਨੂੰ ਵੱਡਾ ਰੋਸ ਆ ਭਈ ਉਹ ਤਾਂ ਜੇ ਲੋ ਸੈਂਟਰ ਦੀ ਸਰਕਾਰ ਦੂਰ ਬੈਠੀ ਆ ਆ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਪੰਜਾਬ ਦੀ ਸਰਕਾਰ ਨੇ ਆ ਪੰਜਾਂ ਪਿਆਰਿਆਂ ਦੇ ਨਾਵਾਂ ਨੂੰ ਹੀ ਭੁਲਾ ਦਿੱਤਾ ਤੇ ਉਹਦੇ ਨਾਲ ਆਪਣੇ ਨਾਮ ਆਮ ਆਮ ਆਦਮੀ ਪਾਰਟੀ ਦੀ ਲਿਖ ਕੇ ਉਹ ਮਹੱਲਾ ਕਲੀਨਿਕ ਲਿਖ ਦਿੱਤੀ ਆ ਤੇ ਉਹਨਾਂ ਦਾ ਦੂਰ ਜਾ ਕੇ ਸਮਝਾਵਾਂਗੇ ਤਾਂ ਸਾਡੇ ਆਪ ਦੇ ਜਿਹੜੇ ਵਿੱਚ ਬੈਠੇ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਉਹਦੇ باوجود ਫੇਰ ਕਾਣ ਕਰੀ ਜਾ ਰਹੇ ਆ